ਵੈਲਕਮ ਟੂ ਆਲ ਆਪਣੇ ਚੈਨਲ ਮਾਈਗ੍ਰੇਟ ਪ੍ਰੋਪਰਟੀਜ਼ ਐਂਡ ਟਰੈਵਲ ਤੇ ਅੱਜ ਆਪਾਂ ਤੁਹਾਨੂੰ ਐਕਸਚੇਂਜ ਡੀਡ ਦੇ ਬਾਰੇ ਦੱਸਣ ਜਾ ਰਹੇ ਹਾਂ ਪ੍ਰੋਪਰਟੀ ਐਕਸਚੇਂਜ ਡੀਡ ਕੀ ਹੁੰਦੀ ਆ ਜਿਵੇਂ ਕਿ ਆਪਾਂ ਪੰਜਾਬੀ ਚ ਕਹੀਏ ਤਾਂ ਤਬਾਦਲਾ ਜ਼ਮੀਨੀ ਤਬਾਦਲਾ ਕੀ ਹੁੰਦਾ ਆ ਜਾਂ ਜ਼ਮੀਨੀ ਵਟਾਂਦਰਾ ਕੀ ਹੁੰਦਾ ਆ ਜ਼ਮੀਨ ਦਾ ਅਦਲਾ ਬਦਲੀ ਕਿਵੇਂ ਹੁੰਦੀ ਆ ਉਸ ਦੇ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਅੱਪਾ ਤੁਹਾਨੂੰ ਦੱਸਦੇ ਆਂ ਵੀ ਐਕਸਚੇਂਜ ਡੀਡ ਕੀ ਹੁੰਦੀ ਆ ਇਸ ਦੇ ਬਾਰੇ ਗੱਲ ਕਰਾਂਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਐਕਸਚੇਂਜ ਡੀਡ ਆ ਜਿਹੜੀ ਕਿੰਨੇ ਤਰ੍ਹਾਂ ਦੀ ਹੁੰਦੀ ਆ ਤੇ ਜੇ ਜੇੜਾ ਆਪਾਂ ਇੰਡੀਆ ਦੇ ਵਿੱਚ ਜੇ ਆਪਾਂ ਆਪਣੀ ਜ਼ਮੀਨ ਦਾ ਤਬਾਦਲਾ ਕਰਨਾ ਚਾਹੁੰਦੇ ਆ ਜਾਂ ਆਪਣਾ ਪਲਾਟ ਦਾ ਤਬਾਦਲਾ ਕਰਨਾ ਚਾਹੁੰਦੇ ਆ ਜਾਂ ਆਪਣੇ ਘਰ ਦਾ ਤਾਂ ਇੰਡੀਆ ਦੇ ਵਿੱਚ ਇਹਦਾ ਲਾਅ ਕਿਹੜਾ ਆ ਸੈਕਸ਼ਨ ਕਿਹੜਾ ਆ ਜਿੰਦੇ ਅੰਡਰ ਆਪਾਂ ਆਪਣੀ ਐਕਸਚੇਂਜ ਡੀਡ ਨੂੰ ਤਬਾਦਲੇ ਨੂੰ ਰਜਿਸਟਰਡ ਕਰਾ ਸਕਦੇ ਆਂ ਐਕਸਟੈਂਡਿਡ ਵਿੱਚ ਕਿਹੜੀਆਂ-ਕਿਹੜੀਆਂ ਪ੍ਰਾਪਰਟੀ ਆਉਂਦੀਆਂ ਨੇ ਵੀ ਕਿਸ ਤਰ੍ਹਾਂ ਦੀ ਪ੍ਰਾਪਰਟੀ ਦਾ ਆਪਾਂ ਅਦਲਾ-ਬਦਲੀ ਕਰਵਾ ਸਕਦੇ ਆ ਜਿਵੇਂ ਕਿ ਮੂਵੇਬਲ ਪ੍ਰਾਪਰਟੀਆਂ ਕਿਹੜੀ ਹੁੰਦੀ ਆ ਇਮੂਵੇਬਲ ਕਿਹੜੀ ਹੁੰਦੀ ਆ ਜਾਂ ਚੱਲ ਜਾਇਦਾਦ ਕਿਹੜੀ ਹੁੰਦੀ ਆ ਅਚੱਲ ਜਾਇਦਾਦ ਕਿਹੜੀ ਹੁੰਦੀ ਆ ਉਸ ਦੇ ਬਾਰੇ ਦੱਸਾਂਗੇ ਉਸ ਤੋਂ ਅੱਗੇ ਆਪਾਂ ਤੁਹਾਨੂੰ ਦੱਸਾਂਗੇ ਵੀ ਇਸ ਨੂੰ ਜੇ ਆਪਾਂ ਆਪਣੇ ਕੋਈ ਪ੍ਰਾਪਰਟੀ ਪਲਾਟ ਜਾਂ ਘਰ ਨੂੰ ਦੀ ਆਪਾਂ ਕਿਸੇ ਦੇ ਨਾਲ एक्सचेंज ਕਰ ਰਹੇ ਆ ਤਾਂ ਉਸ ਨੂੰ ਡਰਾਫਟ ਕਿਵੇਂ ਕਰਨਾ ਆ ਉਹਦੇ ਲਈ ਆਪਾਂ ਕੀ ਡੀਡ ਕਿਵੇਂ ਬਣਾਉਣੀ ਆ ਕਿਹੜੇ ਕਾगज ਪੱਤਰ ਚਾਹੀਦੇ ਨੇ ਕੀ ਲਿਖਵਾਉਣਾ ਆ ਉਹਦੇ ਵਿੱਚ ਕਿੰਨੇ ਤਰ੍ਹਾਂ ਦੇ ਗਵਾਹ ਹੋਣੇ ਚਾਹੀਦੇ ਆ ਉਹ ਸਾਰੀ ਇਨਫਰਮੇਸ਼ਨ ਦਾਂਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਜਿਹੜੀ ਐਕਸਚੇਂਜ ਡੀਡ ਜਦ ਆਪਾਂ ਜ਼ਮੀਨ ਦਾ ਤਬਾਦਲਾ ਕਰਦੇ ਆ ਆਪਣੇ ਸਾਰੇ ਡਾਕੂਮੈਂਟ ਆਪਾਂ ਡੀਡ ਬਣਵਾ ਲੈਣੇ ਆ ਤੇ ਇਸ ਨੂੰ ਰਜਿਸਟਰਡ ਕਿੱਥੇ ਕਰਾਉਣਾ ਆ ਇਸ ਦੀ ਫੀਸ ਕਿੰਨੀ ਹੁੰਦੀ ਆ ਉਸ ਦੇ ਬਾਰੇ ਦੱਸਾਂਗੇ ਉਸ ਤੋਂ ਬਾਅਦ ਆਪਾਂ ਆਪਣੇ 8ਵੇਂ ਪੁਆਇੰਟ ਦੇ ਵਿੱਚ ਇਸ ਦੇ ਲਈ ਮੇਨ ਡਾਕੂਮੈਂਟ ਕਿਹੜੇ ਆ ਜਿਵੇਂ ਕਿ ਦੋਨਾਂ ਧਿਰਾਂ ਦੇ ਮੇਨ ਕਿਹੜੇ ਡਾਕੂਮੈਂਟ ਲੱਗਣਗੇ ਜਿਹੜੇ ਆਪਣੀ ਪ੍ਰਾਪਰਟੀ ਨੂੰ ਐਕਸਚੇਂਜ ਕਰ ਰਹੇ ਆ ਆਪਣੀ ਜ਼ਮੀਨ ਦਾ ਅਦਲਾ ਬਦਲੀ ਕਰ ਰਹੇ ਨੇ ਤੇ ਕਿਹੜੇ ਡਾਕੂਮੈਂਟ ਹੋਣਗੇ ਦੋਨਾਂ ਮੇਨ ਪਾਰਟੀਆਂ ਦੇ ਉਸ ਤੋਂ ਬਾਅਦ ਗਵਾਹ ਕਿਹੜੇ ਹੋਣਗੇ ਫਿਰ ਜਿਹੜੇ ਉਹਦਾ ਫੀਸ ਵਗੈਰਾ ਕਿੰਨੀ ਲੱਗੇਗੀ ਉਸ ਦੇ ਬਾਰੇ ਦੱਸਾਂਗੇ ਤੇ ਇਹ ਲਾਸਟ ਵਿੱਚ ਆਪਾਂ ਜੇ ਤੁਸੀਂ ਆਪਣੀ ਪ੍ਰਾਪਰਟੀ ਐਕਸਚੇਂਜ ਕਰਨਾ ਚਾਹ ਰਹੇ ਹੋ ਇਸ ਦੇ ਬੈਨੀਫਿਟ ਕੀ ਨੇ ਇਹ ਕਿਉਂ ਕਰवानी ਚਾਹੀਦੀ ਹੈ ਰਜਿਸਟਰਡ ਤੇ ਇਸ ਦੇ ਰਜਿਸਟਰਡ ਕਰਾਉਣ ਤੋਂ ਬਾਅਦ ਆਪ ਨੂੰ ਕੀ ਰਾਈਟ ਮਿਲ ਜਾਂਦੇ ਆ ਇਹਦੇ ਕੀ ਆਪ ਨੂੰ ਆਪ ਨੂੰ ਪਾਵਰ ਮਿਲ ਜਾਂਦੀ ਹੈ ਜਿਸ ਨੂੰ ਆਪਾਂ ਬਾਅਦ ਦੇ ਵਿੱਚ ਯੂਜ਼ ਕਰ ਸਕਦੇ ਆ ਸੋ ਇਹ ਸਾਰੀ ਇਨਫਰਮੇਸ਼ਨ ਦਾਂਗੇ ਆਪਾਂ ਸਟੈਪ ਬਾਈ ਸਟੈਪ ਇਹ ਜਿਹੜੀ ਵੀਡੀਓ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗੀ ਤੇ ਸਭ ਨੂੰ ਰਿਕਵੈਸਟ ਆ ਆਪਣੇ ਚੈਨਲ ਮਾਈਗ੍ਰੇਟ ਪ੍ਰਾਪਰਟیز ਐਂਡ ਟ੍ਰੈਵਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਉਸ ਦੇ ਨਾਲ ਜੁਆਇਨ ਦੀ ਆਪਸ਼ਨ ਆ ਉੱਥੇ ਜਾ ਕੇ ਤੁਸੀਂ ਸਾਡੀ ਸਪੋਰਟ ਵੀ ਕਰ ਸਕਦੇ ਹੋ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਦੇਖਣ ਲਈ ਬੈਲ ਆਈਕਨ ਦੇ ਉੱਪਰ ਦਬਾਓ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਜਿਹੜੇ ਵੱਖ-ਵੱਖ ਪ੍ਰਾਪਰਟੀ ਦੇ ਰਿਗਾਰਡਿੰਗ ਇਸ਼ੂ ਨੇ ਉਹਨਾਂ ਉੱਪਰ ਵੀਡੀਓ ਲੈ ਕੇ ਆਵਾਂਗੇ ਜੇ ਤੁਸੀਂ ਕਿਸੇ ਪ੍ਰਾਪਰਟੀ ਦੇ ਆਪ ਦੀ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਸਾਡੇ ਨੰਬਰ ਨੇ ਉਹਨਾਂ ਉੱਪਰ ਵੀ WhatsApp ਸੰਪਰਕ ਕਰ ਸਕਦੇ ਹਾਂ ਜੇ ਤੁਸੀਂ ਆਊਟ ਆਫ ਸਟੇਟ ਹੋ ਆਊਟ ਆਫ ਕੰਟਰੀ ਤੋਂ ਥਰੂ WhatsApp ਕਾਲ ਕਰ ਸਕਦੇ ਹਾਂ ਜਾਂ YouTube ਦੇ ਕਮੈਂਟ ਬਾਕਸ ਦੇ ਵਿੱਚ ਆ ਕੇ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਹਾਂ ਹੁਣ ਆਪਾਂ ਅੱਗੇ ਚੱਲ ਕੇ ਤੁਹਾਨੂੰ ਸਟੈਪ ਬਾਈ ਸਟੈਪ ਸਾਰੀ ਇਨਫੋਰਮੇਸ਼ਨ ਦਾਂਗੇ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜਾ ਮੇਨ ਪੁਆਇੰਟ ਆ ਐਕਸਚੇਂਜ ਡੀਡ ਹੁੰਦੀ ਕੀ ਆ ਜ਼ਮੀਨੀ ਤਬਾਦਲਾ ਕਿਸ ਨੂੰ ਕਹਿੰਦੇ ਹਨ ਤੇ ਇਹ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਤੇ ਜੇ ਆਪਾਂ ਇਸ ਨੂੰ ਪੰਜਾਬੀ ਬੋਲਚਾਲ ਵਿੱਚ ਕੀ ਇਸ ਨੂੰ ਤਬਾਦਲਾ ਵੀ ਕਿਹਾ ਜਾਂਦਾ ਜਮੀਨ ਦਾ ਪਲਾਟ ਦਾ ਜਾਂ ਘਰ ਦਾ ਤੇ ਇਸ ਤੋਂ ਬਿਨਾਂ ਇਸ ਨੂੰ ਵਟਾਂਦਰਾ ਵੀ ਕਿਹਾ ਜਾਂਦਾ ਸੋ ਐਕਸਚੇਂਜ ਪ੍ਰਾਪਰਟੀ ਐਕਸਚੇਂਜ ਡੀਡ ਕੀ ਹੁੰਦੀ ਆ ਸੋ ਪ੍ਰਾਪਰਟੀ ਐਕਸਚੇਂਜ ਡੀਡ ਦੇ ਬਾਰੇ ਆਪ ਨੂੰ ਥੋੜੀ ਜਿਹੀ ਇਸ ਦੀ ਬੈਕਗ੍ਰਾਉਂਡ ਤੇ ਜਾ ਕੇ ਸਾਰਾ ਤੁਹਾਨੂੰ ਦੱਸਣਾ ਪਏਗਾ ਪਾਸਟ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਜ਼ਿਆਦਾਤਰ ਲੋਕ ਪਿੰਡਾਂ ਦੇ ਵਿੱਚ ਆਪਣੀ ਜਿਹੜਾ ਕੋਈ ਪ੍ਰਾਪਰਟੀ ਹੁੰਦੀ ਸੀ ਐਗਰੀਕਲਚਰਲ ਲੈਂਡ ਕਿਸੇ ਦੀ ਪਿੰਡ ਦੀ ਇੱਕ ਸਾਈਡ ਤੇ ਆ ਤੇ ਦੂਸਰੀ ਪਾਰਟੀ ਦੀ ਦੂਸਰੀ ਸਾਈਡ ਤੇ ਆ ਤਾਂ ਉਹਨਾਂ ਨੂੰ ਦੂਸਰ ਇੱਕ ਦੂਸਰੀ ਜਗਨ ਤੇ ਜਾਣ ਦੇ ਤਕਲੀਫ ਵਗੈਰਾ ਹੁੰਦੀ ਸੀ ਜਿਆਦਾ ਟਾਈਮ ਲੱਗਦਾ ਸੀ ਤਾਂ ਉਹ ਇੱਕ ਦੂਜੇ ਨਾਲ ਐਕਸਚੇਂਜ ਕਰ ਲੈਂਦੇ ਸੀ ਆਪਣੀ ਪ੍ਰਾਪਰਟੀ ਨੂੰ ਅਦਲਾ ਬਦਲੀ ਕਰ ਲੈਂਦੇ ਸੀ ਜਿਵੇਂ ਕਿਸੇ ਦੀ 4 ਕਿੱਲੇ ਜ਼ਮੀਨ ਇੱਕ ਸਾਈਡ ਤੇ ਆ ਦੂਸਰੇ ਦੀ 4 ਕਿੱਲੇ ਜ਼ਮੀਨ ਪਿੰਡ ਦੀ ਦੂਸਰੀ ਸਾਈਡ ਤੇ ਆ ਤਾਂ ਉਹ ਆਪਣੀ ਜ਼ਮੀਨ ਨੂੰ ਇੱਕ ਦੂਸਰੇ ਦੇ ਨਾਲ ਵਟਾਂਦਰਾ ਕਰ ਲੈਂਦੇ ਸੀ ਜਾਂ ਜਿਹਨੂੰ ਆਪਾਂ ਤਬਾਦਲਾ ਕਹਿੰਦੇ ਆ ਤਬਾਦਲਾ ਕਰ ਲੈਂਦੇ ਸੀ ਇਸੇ ਹੀ ਤਰ੍ਹਾਂ ਪਿੰਡ ਦੇ ਵਿੱਚ ਘਰ ਦਾ ਜਾਂ ਪਲੋਟਾਂ ਦਾ ਸ਼ਹਿਰਾਂ ਦੇ ਵਿੱਚ ਘਰ ਜਾਂ ਪਲੋਟਾਂ ਦਾ ਤਬਾਦਲਾ ਕੀਤਾ ਜਾਂਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਪਰ ਸਮੇਂ ਦੇ ਨਾਲ ਹੌਲੀ-ਹੌਲੀ ਜਿਵੇਂ ਪ੍ਰਾਪਰਟੀ ਦੇ ਰੇਟ ਵੱਧਦੇ ਗਏ ਤੇ ਉਸ ਦੇ ਨਾਲ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਤਬਾਦਲੇ ਹੋਈ ਹੋਈ ਸੀਗੇ ਜਿਹੜੀ ਇੱਕ ਪ੍ਰਾਪਰਟੀ ਐਕਸਚੇਂਜ ਹੋਈ ਸੀ ਅੱਗੇ ਚੱਲ ਕੇ ਪੀੜੀ ਦਰ ਪੀੜੀ ਉਸ ਦੇ ਵਿੱਚ ਹੁਣ ਕਾਫੀ ਜ਼ਿਆਦੇ ਰੌਲੇ ਵਧ ਗਏ ਕਾਫੀ ਝਗੜੇ ਸ਼ੁਰੂ ਹੋ ਗਏ ਕਾਫੀ ਜ਼ਿਆਦੇ ਕੇਸ ਕੋਰਟਾਂ ਦੇ ਵਿੱਚ ਹਾਈ ਕੋਰਟ ਸੁਪਰੀਮ ਕੋਰਟ ਸਿਵਲ ਕੋਰਟ ਦੇ ਵਿੱਚ ਕਾਫੀ ਕੇਸ ਆ ਰਹੇ ਆ ਤੇ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਨਵੇਂ ਲਾਅ ਬਣਾਏ ਜਿਨ੍ਹਾਂ ਦੇ ਰਹੀਂ ਅਸੀਂ ਆਪਣੀ ਪ੍ਰਾਪਰਟੀ ਨੂੰ ਰਜਿਸਟਰਡ ਕਰਵਾ ਸਕਦੇ ਆ ਜੇ ਕਿਸੇ ਦੇ ਨਾਲ ਵੀ ਅਸੀਂ ਕੋਈ ਆਪਣੀ ਪ੍ਰਾਪਰਟੀ ਐਕਸਚੇਂਜ ਕੀਤੀ ਹੋਈ ਆ ਨਾ ਇਸ ਦੇ ਵਿੱਚ ਜਿਹੜੀ ਐਕਸਚੇਂਜ ਪ੍ਰਾਪਰਟੀ ਕਿਸ ਨੂੰ ਕਹਿੰਦੇ ਆਪਾਂ ਦੱਸ ਰਹੇ ਆ ਤੇ ਇਹ ਕਿੰਨੇ ਤਰ੍ਹਾਂ ਦੀ ਹੁੰਦੀ ਆ ਉਸ ਦੇ ਬਾਰੇ ਆਪਾਂ ਤੁਹਾਨੂੰ ਅੱਗੇ ਚੱਲ ਕੇ ਦੱਸਾਂਗੇ एक्सचेंज प्रॉपर्टी डीड ਜਿਹੜੀ ਉਹ ਕਿੰਨੇ ਪ੍ਰਕਾਰ ਦੀ ਹੁੰਦੀ ਆ ਸੋ ਮੇਨਲੀ ਇਹ ਦੋ ਪ੍ਰਕਾਰ ਦੀ ਆਪਾਂ ਤਬਾਦਲਾ ਜਿਹੜਾ ਅਦਲਾ ਬਦਲੀ ਜ਼ਮੀਨ ਦਾ ਇਸ ਨੂੰ ਦੋ ਪ੍ਰਕਾਰ ਦੇ ਹੁੰਦੇ ਆ ਇੱਕ ਔਰਲ ਜ਼ਮੀਨੀ ਤਬਾਦਲਾ ਹੁੰਦਾ ਆ ਇੱਕ ਰਜਿਸਟਰਡ ਹੁੰਦਾ ਆ ਜਿਹੜਾ ਕਾਨੂੰਨ ਦੁਆਰਾ ਜਿਸ ਨੂੰ ਪ੍ਰਮਾਣਿਤਤਾ ਕੀਤੀ ਗਈ ਹੈ ਜਿਸ ਦੀ ਆਪਾਂ ਕਾਨੂੰਨ ਦੁਆਰਾ ਜਿਸ ਨੂੰ ਰਾਈਟ ਮੰਨਿਆ ਗਿਆ ਸੋ ਪੁਰਾਣੇ ਸਮੇਂ ਦੇ ਵਿੱਚ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਹਨੇ ਆ ਦਸਿਆਇਆ ਵੀ ਜਿਵੇਂ ਪਹਿਲਾਂ ਔਰਲ ਬੈਠ ਕੇ ਦੋ ਧਰਾਂ ਦੇ ਵਿੱਚ ਜ਼ਮੀਨ ਦਾ ਜਾਂ ਪਲਾਟ ਦਾ ਜਾਂ ਘਰ ਦਾ ਤਬਾਦਲਾ ਕਰ ਲਿਆ ਜਾਂਦਾ ਸੀ ਆਪਣੀ ਜ਼ਮੀਨ ਦੇ ਅਦਲਾ ਬਦਲੀ ਕਰ ਲਈ ਜਾਂਦੀ ਸੀ ਪਰ ਸਮੇਂ ਦੇ ਨਾਲ ਫਿਰ ਪ੍ਰਾਪਰਟੀ ਦੇ ਜਿਵੇਂ ਰੇਟ ਅਪ ਹੋ ਰਿਹਾ ਇਨਕਰੀਜ਼ ਹੋ ਰਿਹਾ ਹੁਣ ਵੀ ਤਾਂ ਪ੍ਰਾਪਰਟੀ ਦੇ ਵਿੱਚ ਕਾਫੀ ਝਗੜੇ ਹੋ ਗਏ ਤੇ ਫਿਰ ਦੂਸਰਾ ਜਿਹੜਾ ਲਾਅ ਬਣਿਆ ਲਾਅ ਦੇ ਵਿੱਚ ਆਪਾਂ ਆਪਣੀ ਪ੍ਰਾਪਰਟੀ ਨੂੰ ਰਜਿਸਟਰਡ ਕਰਵਾ ਸਕਦੇ ਆ ਤੇ ਉਸ ਦੇ ਵਿੱਚ ਕਿਹੜਾ ਲਾਅ ਆਏ ਨੇ ਤੇ ਕਿਸ ਲਾਅ ਦੇ ਅਧੀਨ ਆਪਾਂ ਆਪਣੀ ਪ੍ਰਾਪਰਟੀ ਨੂੰ ਰਜਿਸਟਰਡ ਕਰਾ ਸਕਦੇ ਆ ਆਪਾਂ ਤੁਹਾਨੂੰ ਉਹਨਾਂ ਬਾਰੇ ਗੱਲ ਕਰਾਂਗੇ ਸੋ ਇੰਡੀਅਨ ਕਾਨੂੰਨ ਦੇ ਅਨੁਸਾਰ ਲਾਅ ਦੇ ਅਨੁਸਾਰ ਜੇ ਆਪਾਂ ਆਪਣੀ ਕਿਸੇ ਪ੍ਰਾਪਰਟੀ ਨੂੰ ਐਕਸਚੇਂਜ ਕਰ ਰਹੇ ਆ ਤਬਾਦਲਾ ਕਰ ਰਹੇ ਆ ਕਿਸੇ ਦੇ ਨਾਲ ਜ਼ਮੀਨ ਦਾ ਪਲਾਟ ਦਾ ਜਾਂ ਕਰ ਦਾ ਤਾਂ 100 ਸੈਕਸ਼ਨ 118 ਤੋਂ ਲੈ ਕੇ 121 ਤੱਕ ਇਸ ਦੀ ਪੂਰੀ ਵਿਆਖਿਆ ਕੀਤੀ ਗਈ ਹੈ ਇਸ ਦੇ ਬਾਰੇ ਦੱਸਿਆ ਗਿਆ ਕਿਸ ਪ੍ਰਾਪਰਟੀ ਨੂੰ ਆਪਾਂ ਕਿਵੇਂ ਦੂਸਰੀ ਪਾਰਟੀ ਦੇ ਨਾਲ ਐਕਸਚੇਂਜ ਕਰ ਸਕਦੇ ਆ ਅਦਲਾ ਬਦਲੀ ਕਰ ਸਕਦੇ ਆ ਸੋ ਜੇ ਆਪ ਸਭ ਤੋਂ ਪਹਿਲਾਂ ਸੈਕਸ਼ਨ 118 ਦੀ ਗੱਲ ਕਰੀਏ ਉਸ ਦੇ ਵਿੱਚ ਐਕਸਚੇਂਜ ਡੀਡ ਦੇ ਬਾਰੇ ਪੂਰੀ ਵਿਆਖਿਆਨ ਕੀਤਾ ਗਿਆ ਉਸ ਦੇ ਵਿੱਚ ਜਿਹੜੇ ਮੇਨ ਪੁਆਇੰਟ ਨੇ ਉਹ ਇਹ ਨੇ ਜੇ ਆਪਾਂ ਕੋਈ ਵੀ ਪ੍ਰਾਪਰਟੀ ਸੇਲ ਕਰਨਾ ਚਾਹੁੰਦੇ ਆ ਮੰਨ ਲਓ ਏ ਪਾਰਟੀ ਆਪਣੀ ਕੋਈ ਪ੍ਰਾਪਰਟੀ ਪਲਾਟ ਜਾਂ ਆਪਣੀ ਕੋਈ ਐਗਰੀਕਲਚਰਲ ਲੈਂਡ ਜਾਂ ਘਰ ਬੀ ਪਾਰਟੀ ਦੇ ਨਾਲ ਐਕਸਚੇਂਜ ਕਰਨਾ ਚਾਹੁੰਦਾ ਆ ਤਾਂ ਉਸ ਦੇ ਵਿੱਚ ਦੋਨਾਂ ਦੀ ਓਨਰਸ਼ਿਪ ਹੋਣੀ ਜ਼ਰੂਰੀ ਆ ਉਸਦੇ ਮਾਲਕ ਹੋਣੇ ਚਾਹੀਦੇ ਆ ਜਿਹੜੀ ਵੀ ਉਹ ਪ੍ਰੋਪਰਟੀ ਇੱਕ ਦੂਸਰੇ ਦੇ ਨਾਲ ਤਬਾਦਲਾ ਕਰ ਰਹੇ ਆ ਦੂਸਰੀ ਦੂਸਰਾ ਪੁਆਇੰਟ ਦੋਨਾਂ ਦੀ ਮਿਊਚੁਅਲ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਦੋਨਾਂ ਦੀ ਸਹਿਮਤੀ ਦੇ ਨਾਲ ਹੀ ਜਿਹੜੀ ਐਕਸਚੇਂਜ ਡੀਡ ਹੋਣੀ ਚਾਹੀਦੀ ਆ ਸੋ ਜਿਹੜਾ 1900 ਸੌਰੀ ਸੈਕਸ਼ਨ 119 ਦੇ ਅਨੁਸਾਰ ਇਸ ਦੇ ਵਿੱਚ ਜਿਹੜੀ ਮੇਨ ਵਿਆਖਿਆ ਆ ਦੋਨਾਂ ਪਾਰਟੀਆਂ ਦੀਆਂ ਡਿਊਟੀ ਦੋਨਾਂ ਪਾਰਟੀਆਂ ਦੇ ਰਾਈਟ ਇਸ ਦੇ ਬਾਰੇ ਦੱਸਿਆ ਗਿਆ ਹੈ ਸੈਕਸ਼ਨ 121 ਦੇ ਵਿੱਚ ਜਿਹੜੀ ਹੈ ਐਕਸਚੇਂਜ ਆਫ ਮਨੀ ਦੇ ਨਿਜਮ ਨਿਜਮ ਦੇ ਬਾਰੇ ਦੱਸਿਆ ਗਿਆ ਸੋ ਇਸ ਦੇ ਵਿੱਚ ਆਪਾਂ ਥੋੜਾ ਤੁਹਾਨੂੰ ਮੇਨ ਜਿਹੜਾ ਧਿਆਨ ਰੱਖਣਯੋਗ ਗੱਲ ਆ ਇਸ ਦੇ ਵਿੱਚ ਸਿਰਫ ਇਕੱਲੀ ਪੈਸੇ ਦੇ ਨਾਲ ਪੈਸਾ ਦੀ ਐਕਸਚੇਂਜ ਨਹੀਂ ਕਰ ਸਕਦੇ ਇਸ ਤਰ੍ਹਾਂ ਹੋ ਸਕਦਾ ਹੈ ਜਿਵੇਂ ਕਿਸੇ ਨੇ ਆਪਾਂ ਕਿਸੇ ਦੀ ਪ੍ਰਾਪਰਟੀ ਐਕਸਚੇਂਜ ਕਰ ਰਹੇ ਆ ਕਿਸੇ ਦੇ ਨਾਲ ਤੇ ਆਪਣੀ ਪ੍ਰਾਪਰਟੀ ਦੀ ਵੈਲਿਊ 10 ਲੱਖ ਤੇ ਅਗਲੀ ਦੀ ਪ੍ਰਾਪਰਟੀ ਦੀ ਵੈਲਿਊ 7 ਲੱਖ ਤੇ ਜਿਹੜਾ 3 ਲੱਖ ਦਾ ਡਿਫਰੈਂਸ ਆ ਉਹ ਆਪਾਂ ਅਗਲੇ ਨੂੰ ਦੇ ਕੇ ਤੇ ਆਪਾਂ ਐਕਸਚੇਂਜ ਡੀਡ ਬਣਵਾ ਸਕਦੇ ਆ ਸੋ ਸਾਰੇ ਪੈਸਾ ਆਪਾਂ ਕਿਸੇ ਨਾਲ ਇਦਾਂ ਨਹੀਂ ਹੋ ਸਕਦਾ ਜਿਵੇਂ ਆਪਣੇ ਕੋਲ 10 ਲੱਖ ਤਾਂ ਆਪਾਂ ਅਗਲੇ ਦੇ 10 ਲੱਖ ਨਾਲ ਐਕਸਚੇਂਜ ਕਰ ਲਈਏ ਜਾਂ ਅਗਲੇ ਦੇ 7 ਲੱਖ ਨਾਲ ਕਰ ਲਈਏ ਸੋ ਇਹ ਟੋਟਲੀ ਮਨੀ ਐਕਸਚੇਂਜ ਨਹੀਂ ਤੇ ਇਸ ਦਾ ਦੂਸਰਾ ਜਿਹੜਾ ਪਹਿਲੂ ਆ ਦੂਸਰਾ ਪੁਆਇੰਟ ਇਹ ਆ ਜਿਵੇਂ ਆਪਾਂ ਇੰਡੀਅਨ ਕਰੰਸੀ ਆ ਸੈਕਸ਼ਨ 121 ਦੇ ਵਿੱਚ ਆਪਣੀ ਇੰਡੀਅਨ ਕਰੰਸੀ ਆ ਆਪਾਂ ਨੂੰ ਕੋਈ ਡਾਲਰ ਕੋਈ ਪਾਉਂਡ ਦੇਣਾ ਚਾਹੁੰਦਾ ਤਾਂ ਉੱਥੇ ਆਪਾਂ ਜਿਹੜੀ ਮਨੀ ਦਾ ਐਕਸਚੇਂਜ ਕਰ ਸਕਦੇ ਆ ਸੇਮ ਮਨੀ ਇੱਕ ਕੰਟਰੀ ਦੀ ਨਹੀਂ ਹੋਣੀ ਚਾਹੀਦੀ ਜਿਵੇਂ ਇੰਡੀਆ ਦੇ ਵਿੱਚ ਆਪਾਂ ਤਾਂ ਇੰਡੀਆ ਦਾ ਪੈਸਾ ਨਹੀਂ ਹੋ ਸਕਦਾ ਹਾਂ ਇੰਡੀਆ ਦਾ ਪੈਸਾ ਆਪਾਂ ਡਾਲਰ ਨਾਲ ਜਾਂ ਪਾਉਂਡ ਨਾਲ ਐਕਸਚੇਂਜ ਕਰ ਸਕਦੇ ਆ ਸੋ ਇਸ ਦੇ ਵਿੱਚ ਜਿਹੜੀ ਇਮੂਵੇਬਲ ਪ੍ਰਾਪਰਟੀ ਆ ਉਸ ਦੇ ਵਿੱਚ ਸੈਕਸ਼ਨ 55 ਜਿਹੜਾ 55 ਉਹ ਲਾਗੂ ਹੁੰਦਾ ਇਸ ਦੇ ਵਿੱਚ ਸੇਲ ਪ੍ਰਵੀਜ਼ਨ ਦੀ ਜਿਹੜੀ ਪ੍ਰਕਿਰਿਆ ਲਾਗੂ ਹੋ ਜਾਂਦੀ ਆ ਤੇ ਮੂਵੇਬਲ ਪ੍ਰੋਪਰਟੀ ਆ ਜਿਹੜੀ ਇਸ ਦੇ ਵਿੱਚ 1930 ਦੇ ਭਾਵ ਸੇਲ ਆਫ ਗoods ਐਕਟ ਦੇ ਨਿਯਮ ਜਿਹੜੇ ਨੇ ਉਹ ਲਾਗੂ ਹੋ ਜਾਂਦੇ ਆ ਸੋ ਜੇ ਆਪਾਂ ਇਸ ਨੂੰ ਮੇਨ ਬਰੀਫ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਐਕਸਪਲੇਨ ਕੀਤਾ ਆ ਜੇ ਆਪਾਂ ਨੂੰ ਸੋ ਮੋਟਾ-ਮੋਟਾ ਦੱਸੀਏ ਤਾਂ ਤੁਸੀਂ ਸੈਕਸ਼ਨ 118 ਤੋਂ ਲੈ ਕੇ 121 ਦੇ ਅਨੁਸਾਰ ਆਪਣੀ ਕੋਈ ਵੀ ਪ੍ਰਾਪਰਟੀ ਨੂੰ ਐਕਸਚੇਂਜ ਕਰ ਸਕਦੇ ਹੋ ਤੇ ਉਸ ਨੂੰ ਰਜਿਸਟਰਾਰ ਦੇ ਕੋਲ ਰਜਿਸਟਰਡ ਕਰਵਾ ਸਕਦੇ ਹੋ ਜ਼ਮੀਨੀ ਤਬਾਦਲੇ ਵਿੱਚ ਜਾਂ ਐਕਸਚੇਂਜ ਆਪਾਂ ਡੀਡ ਕਰਵਾ ਰਹੇ ਹਾਂ ਤਾਂ ਉਸ ਦੇ ਵਿੱਚ ਕਿਹੜੀ-ਕਿਹੜੀ ਪ੍ਰਾਪਰਟੀਆਂ ਆ ਜਾਂਦੀਆਂ ਨੇ ਤਾਂ ਉਸ ਦੇ ਵਿੱਚ ਮੇਨ ਦੋ ਪ੍ਰਕਾਰ ਦੀਆਂ ਪ੍ਰਾਪਰਟੀਆਂ ਆਉਂਦੀਆਂ ਨੇ ਮੂਵੇਬਲ ਪ੍ਰਾਪਰਟੀਆਂ ਤੇ ਇਮੂਵੇਬਲ ਪ੍ਰਾਪਰਟੀਆਂ ਚਲ ਜਾਇਦਾਤ ਤੇ ਅਚਲ ਜਾਇਦਾਤ ਸੋ ਜਿਹੜੀ ਮੂਵੇਬਲ ਪ੍ਰੋਪਰਟੀਆਂ ਹੁੰਦੀ ਆ ਉਸ ਦੇ ਵਿੱਚ ਆਪਣੇ ਜੇ ਆਪਾਂ ਗੱਲ ਕਰੀਏ ਆਪਣੇ ਸਕੂਟਰ ਕਾਰ ਮੋਟਰਸਾਈਕਲ ਆਪਣੇ ਜਿਹੜੇ ਪਾਲਤੂ ਜਾਨਵਰ ਹੁੰਦੇ ਆ ਗਾਂ ਮੱਝ ਵਗੈਰਾ ਘੋੜੇ ਵਗੈਰਾ ਇਸ ਦੀ ਆਪਾਂ ਅਦਲਾ ਬਦਲੀ ਕਰ ਸਕਦੇ ਆ ਤੇ ਜਿਹੜੀ ਇਮੂਵੇਬਲ ਹੁੰਦੀ ਆ ਉਸ ਦੇ ਵਿੱਚ ਆਪਣੀ ਜਿਹੜੀ ਪ੍ਰੋਪਰਟੀ ਆਉਂਦੀ ਆ ਉਹ ਆਪਣੀ ਐਗਰੀਕਲਚਰ ਲੈਂਡ ਆ ਜਾਂਦੀ ਆ ਪਲੋਟ ਆ ਜਾਂਦੇ ਆ ਘਰ ਆ ਜਾਂਦੇ ਆ ਸੋ ਇਹਨਾਂ ਦੋਨਾਂ ਹੀ ਮੂਵੇਬਲ ਪ੍ਰੋਪਰਟੀਆਂ ਤੇ ਇਮੋਵੇਬਲ ਪ੍ਰੋਪਰਟੀਆਂ ਆਪਾਂ ਇੱਕ ਦੂਜੇ ਨਾਲ ਵੀ ਐਕਸਚੇਂਜ ਕਰ ਸਕਦੇ ਆ ਮੰਨ ਲਓ ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਘੋੜੇ ਦੀ ਕੀਮਤ ਬਹੁਤ ਹੁੰਦੀ ਸੀਗੀ ਤਾਂ ਕਿਸੇ ਨੇ ਜ਼ਮੀਨ ਲੈਣੀ ਹੁੰਦੀ ਸੀ ਤਾਂ ਉਹ ਅਗਲੇ ਨਾਲ ਆਪਣਾ ਘੋੜਾ ਐਕਸਚੇਂਜ ਕਰਕੇ ਆਪਣੀ ਕੋਈ ਵਧੀਆ ਜਾਨਵਰ ਜਿਸ ਦੀ ਕਾਫੀ ਜ਼ਿਆਦਾ ਡਿਮਾਂਡ ਸੀ ਉਸ ਨੂੰ ਐਕਸਚੇਂਜ ਕਰਕੇ ਅਗਲੇ ਤੋਂ ਜ਼ਮੀਨ ਲੈ ਲੈਂਦਾ ਸੀ ਜਾਂ ਪਲੋਟ ਜਾਂ ਘਰ ਤੇ ਇਸ ਤਰ੍ਹਾਂ ਦੀ ਪ੍ਰੋਪਰਟੀ ਐਕਸਚੇਂਜ ਕੀਤੀ ਜਾਂਦੀ ਪੁਰਾਣੇ ਸਮਿਆਂ ਦੇ ਵਿੱਚ ਸੋ ਆਪਾਂ ਜੇ ਗੱਲ ਕਰੀਏ ਤੁਸੀਂ ਮੂਵੇਬਲ ਪ੍ਰੋਪਰਟੀਆਂ ਨੂੰ ਇਮੂਵੇਬਲ ਨਾਲ ਐਕਸਚੇਂਜ ਕਰ ਸਕਦੇ ਹੋ ਤੇ ਇਮੂਵੇਬਲ ਪ੍ਰੋਪਰਟੀਆਂ ਨੂੰ ਮੂਵੇਬਲ ਪ੍ਰੋਪਰਟੀ ਦੇ ਨਾਲ ਐਕਸਚੇਂਜ ਕਰ ਸਕਦੇ ਹੋ ਸੋ ਆਪਾਂ ਜੇ ਹੁਣ ਇਸ ਪੁਆਇੰਟ ਦੇ ਵਿੱਚ ਆਪਾਂ ਤੁਹਾਨੂੰ ਜਿਹੜੀ ਗੱਲ ਕਰ ਰਹੇ ਹਾਂ ਐਕਸਚੇਂਜ ਜਿਹੜੀ ਆਪਾਂ ਕਹਿੰਦੀ ਪ੍ਰੋਪਰਟੀ ਕਰ ਰਹੇ ਹਾਂ ਉਸ ਨੂੰ ਡਰਾਫਟ ਕਿਵੇਂ ਕਰਨਾ ਹੈ ਉਸ ਨੂੰ ਬਣਾਉਣਾ ਕਿਵੇਂ ਐਕਸਚੇਂਜ ਡੀਡ ਨੂੰ ਕਿਵੇਂ ਤਿਆਰ ਕਰਨਾ ਸੋ ਸਭ ਤੋਂ ਪਹਿਲਾਂ ਜਿਵੇਂ ਆਪਣੇ ਕਚੈਰੀਆਂ ਦੇ ਵਿੱਚ ਜਿਹੜੇ ਬਸੀਕਾ ਨਵੀਸ ਹੁੰਦੇ ਆ ਉਸ ਦੇ ਕੋਲ ਤੁਸੀਂ ਆਪਣੀ ਐਕਸਚੇਂਜ ਡੀਡ ਨੂੰ ਤਿਆਰ ਕਰਵਾ ਸਕਦੇ ਹੋ ਸੋ ਇਸ ਦੇ ਵੀ ਇੱਕ ਕਿਹੜੀਆਂ ਮੇਨ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆ ਉਹ ਇਸ ਪ੍ਰਕਾਰ ਹਨ ਸਭ ਤੋਂ ਪਹਿਲਾਂ ਦੋਨੋਂ ਪਾਰਟੀਆਂ A ਤੇ B ਦੇ ਮਾਲਕ ਜਿਹੜੀ ਹੈਗੇ ਮਾਲਕ ਦੀ ਜਿਹੜੇ ਪ੍ਰੂਫ ਨੇ ਉਹ ਲਗਾਏ ਜਾਂਦੇ ਆ ਜੇ ਮੰਨ ਲਓ ਜ਼ਮੀਨ ਆ ਚਾਰ ਕਿੱਲਾਂ ਦੇ ਨਾਲ A ਜਿਹੜੀ ਪਾਰਟੀ ਆ ਤੇ ਬੀ ਪਾਰਟੀ ਦੇ ਚਾਰ ਕਿਲੇ ਇੱਕ ਦੂਜੇ ਨਾਲ ਅਦਲਾ ਬਦਲੀ ਕਰਵਾ ਰਹੇ ਆ ਤਾਂ ਦੋਨੋਂ ਹੀ ਪਾਰਟੀਆਂ ਦੇ ਜਵਾਂ ਮੰਦੇ ਫਰਦ ਇੰਤਕਾਲ ਵਗੈਰਾ ਦੇ ਡਾਕੂਮੈਂਟ ਲੱਗਣਗੇ ਦੋ ਗਵਾਹ ਹੋਣਗੇ ਉਹਨਾਂ ਦੇ ਆਈਡੀ ਪ੍ਰੂਫ ਐਡਰੈਸ ਪ੍ਰੂਫ ਤੇ ਇਸ ਤੋਂ ਬਾਅਦ ਪਿੰਡ ਦਾ ਜੀ ਸ਼ਹਿਰ ਦੇ ਵਿੱਚ ਆ ਤਾਂ ਉਸ ਦਾ ਐਮਸੀ ਤੇ ਪਿੰਡ ਦੇ ਵਿੱਚ ਪੰਚ ਸਰਪੰਚ ਜਾਂ ਨੰਬਰਦਾਰ ਦੀ ਗਵਾਹੀ ਹੋਏਗੀ ਜਿਹੜਾ ਜਾਣ ਪਛਾਣ ਵਾਲਾ ਬੰਦਾ ਹੋਵੇ ਸੋ ਇਸ ਤਰੀਕੇ ਨਾਲਪੇ ਇਸ ਦੀ ਜਿਹੜੀ ਆਪਏ ਇਸ ਨੂੰ ਡਰਾਫਟ ਕਰ ਸਕਦੇ ਆ ਤੇ ਡਰਾਫਟ ਕਰਦੇ ਸਮੇਂ ਜੇ ਡਾਕੂਮੈਂਟ ਆਪ ਤੁਹਾਨੂੰ ਦੱਸਿਆ ਉਹ ਇਹ ਸਾਰੇ ਡਾਕੂਮੈਂਟ ਨੇ ਜਿਹੜੇ ਇਹਨਾਂ ਦਾ ਧਿਆਨ ਰੱਖਣਾ ਆ ਤੇ ਇਹਨਾਂ ਦੇ ਵਿੱਚ ਦੋਨਾਂ ਹੀ तरहਾਂ ਦੀ ਸਾਰੀ ਡਿਟੇਲ ਉਹਨਾਂ ਦੀ ਜਿਹੜੀ ਜ਼ਮੀਨ ਜਿਹੇ ਪਲਾਟ ਆ ਤਾਂ ਪਲਾਟ ਦੀ ਸਾਰੀ ਡਿਟੇਲ ਘਰ ਆ ਤਾਂ ਘਰ ਦੀ ਦੋਨਾਂ ਪਾਰਟੀਆਂ ਦੀ ਸਾਰੀ ਡਿਟੇਲ ਸੋ ਇਸ ਦੇ ਵਿੱਚ ਜਿਹੜੀ ਮੇਨ ਜ਼ਰੂਰੀ ਗੱਲ ਆ ਮੰਨ ਲਓ ਇੱਕ ਪਾਰਟੀ ਦਾ ਪਲਾਟ ਆ ਉਹ 15 ਲੱਖ ਦਾ ਹੈ ਤੇ ਦੂਸਰੀ ਪਾਰਟੀ ਦਾ ਪਲਾਟ ਬਾਰਾਂ ਨਾ 13 ਲੱਖ ਦਾ ਹੋ ਸਕਦਾ ਹੈ ਤੇ ਇਸ ਦੇ ਕਹਿਣ ਦਾ ਭਾਵ ਇਹ ਆ ਵੀ ਜੇ ਆਪਾਂ ਕੋਈ ਵੀ ਪ੍ਰਾਪਰਟੀ ਐਕਸਚੇਂਜ ਕਰ ਰਹੇ ਆ ਮੰਨ ਲਓ ਐਗਰੀਕਲਚਰ ਲੈਂਡ ਐਕਸਚੇਂਜ ਕਰ ਰਹੇ ਆ ਤੇ 25% ਤੋਂ ਵੱਧ ਉਹਨਾਂ ਦੀ ਜ਼ਮੀਨ ਦਾ ਜਿਹੜਾ ਰਕਬਾ ਹੈ ਉਸ ਦਾ ਫਰਕ ਨਹੀਂ ਹੋਣਾ ਚਾਹੀਦਾ ਮੰਨ ਲਓ 4 ਕਿੱਲੇ ਦੇ ਨਾਲ 3 ਕਿੱਲੇ ਐਕਸਚੇਂਜ ਹੋ ਸਕਦੇ ਆ ਸਾਢੇ 3 ਕਿੱਲੇ ਸੇਲ ਐਕਸਚੇਂਜ ਹੋ ਸਕਦੇ ਆ ਅਦਲਾ ਬਦਲੀ ਹੋ ਸਕਦੀ ਇਹ ਨਹੀਂ ਹੋ ਸਕਦਾ ਵੀ ਇੱਕ ਦੇ 10 ਕਿੱਲੇ ਆ ਤੇ ਦੂਸਰੇ ਦੇ 3 ਕਿੱਲੇ ਸੋ 25% ਦਾ ਫਰਕ ਹੋ ਸਕਦਾ ਹੈ ਤੇ ਜੇ ਦੂਸਰੀ ਮੇਨ ਗੱਲ ਕਰੀਏ ਤਾਂ ਵੈਲਿਊ ਮੰਨ ਲਓ ਇੱਕ ਬੰਦਾ ਆਪਣਾ ਪਲਾਟਸ ਐਕਸਚੇਂਜ ਕਰ ਰਿਹਾ ਵਟਾਂਦਰਾ ਕਰ ਰਿਹਾ ਜਾਂ ਆਪਣੇ ਘਰ ਦਾ ਤਬਾਦਲਾ ਕਰ ਰਿਹਾ 2 ਪਾਰਟੀ ਦੇ ਨਾਲ ਤਾਂ ਘਰ ਦੀ ਕੀਮਤ ਹੈ ਜਿਹੜੀ ਉਸ ਦੇ ਵਿੱਚ 10% ਦਾ ਫਰਕ ਹੋਣਾ ਇਸ ਤੋਂ ਜ਼ਿਆਦਾ ਫਰਕ ਨਹੀਂ ਹੋਣਾ ਚਾਹੀਦਾ ਜੇ ਮੰਨ ਲਓ ਕੀਮਤ ਹੈਗੀ 20 ਲੱਖ ਰੁਪਏ ਤੇ ਦੂਸਰੀ ਪਾਰਟੀ ਦੀ ਕੀਮਤ 18 17 ਲੱਖ ਹੋਣੀ ਚਾਹੀਦੀ ਆ ਇਸ ਤੋਂ ਜ਼ਿਆਦਾ ਫਰਕ ਨਹੀਂ ਹੋਣਾ ਚਾਹੀਦਾ ਸੋ ਇਹ ਖੇਤਰਫਲ ਆ ਉਹ 25% ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਤੇ ਜਿਹੜੀ ਵੈਲਿਊ ਆ ਪ੍ਰਾਪਰਟੀ ਦੋਨਾਂ ਧਿਰਾਂ ਦੀ ਉਹ 10% ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਸੋ ਐਕਸਚੇਂਜ ਪ੍ਰਾਪਰਟੀ ਐਕਸਚੇਂਜ ਡੀਡ ਨੂੰ ਰਜਿਸਟਰਡ ਕਿਵੇਂ ਕਰਾਉਣਾ ਹੁੰਦਾ ਆ ਜਾਂ ਆਪਾਂ ਕਹੀਏ ਵੀ ਜ਼ਮੀਨੀ ਜਿਹੜਾ ਤਬਾਦਲਾ ਹੁੰਦਾ ਇਹਨੂੰ ਰਜਿਸਟਰਡ ਕਿਵੇਂ ਹੁੰਦਾ ਹੈ ਤੇ ਇਸ ਦੀ ਰਜਿਸਟਰਡ ਦੀ ਪ੍ਰਕਿਰਿਆ ਕੀ ਹੁੰਦੀ ਆ ਸੋ ਪਹਿਲਾਂ ਆਪਾਂ ਤੁਹਾਨੂੰ ਇਸ ਤੋਂ ਪਹਿਲੇ ਪਾਰਟ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਹੈ ਵੀ ਸਾਰੇ ਡਾਕੂਮੈਂਟ ਸਾਰੇ ਮੇਨ ਗੱਲਾਂ ਜਿਨ੍ਹਾਂ ਦਾ ਧਿਆਨ ਰੱਖਣਾ ਹੈ ਤੋ ਇਹ ਸਾਰੀ ਡੀਡ ਤਿਆਰ ਕਰਵਾ ਕੇ ਵਿਸੀਕਾ ਨਵੀਸ ਜਿਹੜਾ ਜਾਂ ਐਕਸਪਰਟ ਵਕੀਲ ਹੋਏਗਾ ਸਿਵਲ ਦਾ ਉਹ ਇਸ ਨੂੰ ਤਿਆਰ ਕਰੇਗਾ ਐਕਸਚੇਂਜ ਡੀਡ ਨੂੰ ਉਹ ਸਾਰੀ ਡੀਡ ਨੂੰ ਤਿਆਰ ਕਰਕੇ ਸਾਰੇ ਡਾਕੂਮੈਂਟੇਸ਼ਨ ਸਾਰੀਆਂ ਮੇਨ ਗੱਲਾਂ ਨੂੰ ਧਿਆਨ ਕਰਕੇ ਸਾਰੀ ਜ਼ਮੀਨ ਦਾ ਨਕਸ਼ਾ ਦੋਨਾਂ ਧਿਰਾਂ ਦੀ ਫੋਟੋ ਉਸ ਤੋਂ ਬਾਅਦ ਉਸਦੇ ਸਾਰੇ ਡਾਕੂਮੈਂਟ ਜਿੰਨੇ ਵੀ ਪ੍ਰੋਪਰਟੀਆਂ ਦੇ ਹੋਣਗੇ ਐਡਰੈਸ ਪ੍ਰੂਫ ਦੋਨਾਂ ਧਿਰਾਂ ਦੇ ਵਿਟਨੈਸ ਦੇ ਪ੍ਰੂਫ ਸਾਰੇ ਇਹ ਸਾਰੇ ਨੂੰ ਤਿਆਰ ਕਰਕੇ ਇਸ ਤੋਂ ਬਾਅਦ ਆਪਾਂ ਇਸ ਨੂੰ ਸਬ ਰਜਿਸਟਰਰ ਜਾਂ ਐਸ ਡੀ ਐਮ ਦੇ ਕੋਲ ਹਰੇਕ ਸ਼ਹਿਰ ਦੇ ਵਿੱਚ ਹੁੰਦਾ ਆ ਆਪਾਂ ਉੱਥੇ ਦਰਜ ਕਰਵਾਵਾਂਗੇ ਉਸ ਤੋਂ ਬਾਅਦ ਐਸ ਡੀ ਐਮ ਆਰਡਰ ਕਰੇਗਾ ਪਟਵਾਰੀ ਨੂੰ ਜਾਂ ਕਾਨੂੰਗੋ ਨੂੰ ਉਸ ਪ੍ਰਾਪਰਟੀ ਦੀ ਸਾਰੀ ਜਾਣ ਕੇ ਉਸ ਦੀ ਚੈੱਕ ਕਰੇ ਉਸ ਨੂੰ ਉਸ ਦੇ ਉੱਪਰ ਕੋਈ ਕੇਸ ਤਾਂ ਨਹੀਂ ਚੱਲ ਰਿਹਾ ਪਟਵਾਰੀ ਦੇ ਰਹੀਂ ਉਸ ਦੇ ਉੱਪਰ ਕੋਈ ਲੋਨ ਤਾਂ ਨਹੀਂ ਹੋਇਆ ਹੋਇਆ ਜਾਂ ਉਸ ਦੇ ਉਸ ਦੇ ਉੱਪਰ ਕੋਈ ਕਬਜ਼ਾ ਤਾਂ ਨਹੀਂ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਇਨਲੀਗਲ ਐਕਟੀਵਿਟੀ ਤਾਂ ਨਹੀਂ ਹੋ ਰਹੀ ਉਸ ਪ੍ਰਾਪਰਟੀ ਦੇ ਉੱਪਰ ਜਿਹੜੀ ਐਕਸਚੇਂਜ ਕੀਤੀ ਜਾ ਰਹੀ ਹੈ ਸੋ ਉਹ ਸਾਰੀ ਰਿਪੋਰਟ ਕਰਕੇ ਬਾਅਦ ਚ ਐਸ ਡੀ ਐਮ ਨੂੰ ਜਾਂ ਸਬ ਰਜਿਸਟਰਾਰ ਨੂੰ ਸੌਂਪੇਗਾ ਤੇ ਉਸ ਤੋਂ ਬਾਅਦ ਉਸ ਨੂੰ ਰਜਿਸਟਰਡ ਕਰ ਲਿਆ ਜਾਏਗਾ ਹੁਣ ਇੱਥੇ ਇਹ ਗੱਲ ਆਉਂਦੀ ਹੈ ਵੀ ਜਿਹੜੀ ਆਪਾਂ ਰਜਿਸਟਰੀ ਆਪਾਂ ਕਰਵਾ ਰਹੇ ਆ ਐਕਸਚੇਂਜ ਡੀਡ ਉਸ ਦੀ ਰਜਿਸਟਰੀ ਇੱਕ ਹੋਵੇਗੀ ਤਾਂ ਫਿਰ ਉਹ ਦੂਸਰੀ ਪਾਰਟੀ ਕੋਲ ਚੱਕੀ ਜਾਏਗਾ ਮੰਨ ਲਓ ਇਹ ਪਾਰਟੀ ਕੋਲ ਮੇਨ オリジナル ਰਜਿਸਟਰੀ ਕਲੀ ਚਲੀ ਗਈ ਤਾਂ ਬੀ ਪਾਰਟੀ ਕੋਲ ਕੀ ਹੋਊਗਾ ਸੋ ਇਸ ਦੇ ਲਈ ਇਹ ਪ੍ਰਬਧਾਨ ਆ ਇਹ ਪ੍ਰਕਿਰਿਆ ਆ ਆਪਾਂ ਇੱਕ ਥੋੜੀ ਫੀਸ ਦੇ ਨਾਲ ਕਾਉਂਟਰਪਾਰਟ ਰਜਿਸਟਰੀ ਰਜਿਸਟਰਡ ਹੋ ਜਾਂਦੀ ਆ ਉਹ オリジナル ਦੇ ਬਰਾਬਰ ਹੁੰਦੀ ਆ ਉਹ ਥੋੜੀ ਫੀਸ ਦੇ ਕੇ ਆਪਾਂ ਉਸ ਨੂੰ ਕਾਉਂਟਰਪਾਰਟ ਦੇ ਵਿੱਚ ਰਜਿਸਟਰਡ ਕਰਵਾ ਸਕਦੇ ਆ ਸੋ ਆਪਣੇ ਕੋਲ ਦੋ ਰਜਿਸਟਰੀਆਂ ਆ ਜਾਣਗੀਆਂ origignal registry ਆ a ਕੋਲ ਚਲੀ ਜਾਏਗੀ ਜਾਂ b ਕੋਲ ਤੇ ਕਾਉਂਟਰਪਾਰਟ ਵਾਲੀ ਰਜਿਸਟਰੀ ਆ ਜਿਹੜੀ ਉਹ ਦੋਨਾਂ ਧਿਰਾਂ ਚੋਂ ਇੱਕ ਪਾਰਟੀ ਕੋਲ ਚਲੀ ਜਾਏਗੀ ਸੋ ਕਾਉਂਟਰਪਾਰਟ ਰਜਿਸਟਰੀ ਦੇ ਉੱਪਰ ਵੀ ਆਪਾਂ ਕੋਈ ਲੋਨ ਲੈਣਾ ਚਾਹੁੰਦੇ ਆ ਲੋਨ ਲੈ ਸਕਦੇ ਆ ਕੋਈ ਉਸ ਦੇ ਉੱਪਰ ਆਪਾਂ ਕੋਈ ਆਪਣੇ ਕੋਈ ਕੰਮ ਚਲਾਉਣਾ ਚਾਹੁੰਦੇ ਆ ਕਾਰੋਬਾਰ ਉਹ ਕਰ ਸਕਦੇ ਆ ਕੋਈ ਵੀ ਉਹ ਵੈਲਿਡ ਹੋਏਗੀ ਸੋ ਨੋਰ ਰਜਿਸਟਰੀਆਂ ਇਸ ਦੀਆਂ ਤਿਆਰ ਹੋ ਜਾਂਦੀਆਂ ਨੇ ਇਸ ਦੇ ਵਿੱਚ ਸਭ ਤੋਂ ਵੱਡਾ ਬੈਨੀਫਿਟ ਕੀ ਆ ਉਹ ਇਹ ਆ ਜੇ ਆਪਾਂ ਸੇਲ ਕਰਦੇ ਆ ਸੇਲ ਦੀ ਪ੍ਰਕਿਰਿਆ ਦੇ ਨਾਲ ਚੱਲਦੇ ਆ ਤਾਂ ਕਾਫੀ ਜਿਆਦਾ ਸਟੈਂਪ ਡਿਊਟੀ ਆ ਜਾਂਦੀ ਹੈ ਇਸ ਦੇ ਵਿੱਚ ਸਟੈਂਪ ਡਿਊਟੀ ਬਹੁਤ ਘੱਟ ਆਂਦੀ ਹੈ ਮੰਨ ਲਓ ਦੋ ਪ੍ਰੋਪਰਟੀਆਂ ਨੇ ਤਾਂ ਜਿਹੜੇ ਜਿਸ ਪ੍ਰੋਪਰਟੀ ਦਾ ਜ਼ਮੀਨ ਦਾ ਰੇਟ ਜ਼ਿਆਦਾ ਹੋਏਗਾ ਜਿਸ ਦੀ ਵੈਲਿਊ ਜ਼ਿਆਦੀ ਹੋਏਗੀ ਉਸ ਦੀ ਸਟੈਂਪ ਡਿਊਟੀ ਲੱਗੇਗੀ ਦੂਸਰੇ ਦੀ ਨਹੀਂ ਲੱਗੇਗੀ ਤੋ ਉਸ ਤੋਂ ਬਾਅਦ ਤੁਸੀਂ ਸਭ ਰਜਿਸਟਰਾਰ ਦੇ ਕੋਲ ਰਜਿਸਟਰਡ ਕਰਾ ਕੇ ਤੇ ਆਪਣੀਆਂ ਦੋ ਇੱਕ ਮੇਨ ओरिजिनल ਰਜਿਸਟਰੀ ਇੱਕ ਕਾਊਂਟਰਪਾਰਟ ਰਜਿਸਟਰੀ ਲੈ ਸਕਦੇ ਬੈਨੀਫਿਟ ਆਫ ਐਕਸਚੇਂਜ ਐਕਸਚੇਂਜ ਡੀਡ ਜ਼ਮੀਨੀ ਤਬਾਦਲਾ ਜਿਹੜਾ ਆਪਾਂ ਕਰਦੇ ਆਂ ਜਾਂ ਪਲਾਟ ਦਾ ਜਾਂ ਘਰ ਦਾ ਉਸਦੇ ਬੈਨੀਫਿਟ ਕੀ ਨੇ ਆਪਨੂੰ ਸੋ ਆਪਾਂ ਸਟੈਪ ਬਾਈ ਸਟੈਪਸ ਅਨੁਸਾਰੇ ਮੇਨ ਪੁਆਇੰਟ 10 ਦੱਸ ਦੱਸਾਂਗੇ ਰਾਈਟ ਡਾਊਨ ਵੀ ਕਰਾਂਗੇ ਸੋ ਇਸ ਦੇ ਉੱਪਰ ਆਪਾਂ ਜੇ ਗੱਲ ਕਰੀਏ ਤੁਸੀਂ ਲੋਨ ਲੈ ਸਕਦੇ ਹੋ ਆਪਣਾ ਕੋਈ ਪਲਾਟ ਆ ਤਾਂ ਉਸ ਦੇ ਉੱਪਰ ਲੋਨ ਲੈ ਸਕਦੇ ਹੋ ਉਸ ਦੇ ਉੱਪਰ ਘਰ ਬਣਾ ਸਕਦੇ ਹੋ ਐਗਰੀਕਲਚਰ ਲੈਂਡ ਆ ਆਪਾਂ ਉਸ ਨੂੰ ਵਾਹਯੋਗ ਬਣਾ ਸਕਦੇ ਆ ਉਸ ਦੇ ਉੱਪਰ ਆਪਣਾ ਪੰਪਨਾ ਕੋਈ ਕਾਰੋਬਾਰ ਚਲਾ ਸਕਦੇ ਆ ਕੋਈ ਵੀ ਪੋਲਟਰੀ ਫਾਰਮ ਵਗੈਰਾ ਕੋਈ ਵੀ ਜੋ ਵੀ ਕੰਮ ਕਰਨਾ ਚਾਹੁੰਦੇ ਆ ਉਹ ਕਰ ਸਕਦੇ ਆ ਤੋਂ ਇਸ ਨੂੰ ਆਪਾਂ ਵੇਚ ਸਕਦੇ ਆ ਇਸ ਦੇ ਉੱਪਰ ਜਿਵੇਂ ਕਿ ਹੁਣ ਕਲੋਨੀ ਵਗੈਰਾ ਕੱਟਣਾ ਚਾਹੁੰਦੇ ਆ ਪਾਸ ਕਰਵਾ ਕੇ ਕਲੋਨੀ ਕੱਟ ਸਕਦੇ ਆ ਸੋ ਐਕਸਚੇਂਜ ਜਿਹੜੀ ਡੀਡ ਹੁੰਦੀ ਆ ਉਹ ਮੇਨ ਜਿਵੇਂ ਆਪਣੀ ਦੂਸਰੀ ਸੇਲ ਡੀਡ ਹੁੰਦੀ ਆ ਉਸਦੇ ਤਰ੍ਹਾਂ ਹੀ ਵੈਲਿਡ ਮੰਨੀ ਜਾਂਦੀ ਆ ਉਸੇ ਤਰ੍ਹਾਂ ਆਪ ਨੂੰ ਮਾਲਕਾਨਾ ਹੱਕ ਮਿਲ ਜਾਂਦੇ ਆ ਆਪ ਨੂੰ ਰਾਈਟ ਮਿਲ ਜਾਂਦੇ ਆ ਤੇ ਉਸ ਦਾ ਫਾਇਦੇ ਇਸ ਦੇ ਇਹ ਹੁੰਦੇ ਆ ਵੀ ਕੱਲ ਨੂੰ ਜਿਵੇਂ ਕਿ ਟਾਈਮ ਪਾ ਕੇ ਜੇ ਇੱਕ ਪੀੜੀ ਤੋਂ ਦੂਸਰੀ ਪੀੜੀ ਤੇ ਫਿਰ ਆਪਾਂ ਨੂੰ ਕੋਈ ਇਸ ਤਰ੍ਹਾਂ ਦੀ ਪਰੇਸ਼ਾਨੀ ਜਾਂ ਪ੍ਰੋਬਲਮ ਨਹੀਂ ਆਉਂਦੀ ਵੀ ਪੁਰਾਣੀ ਪਾਰਟੀ ਜਾਂ ਏ ਪਾਰਟੀ ਜਾਂ ਬੀ ਪਾਰਟੀ ਆਪਣਾ ਉਸ ਦੇ ਉੱਪਰ ਹੱਕ ਜਿਤਾਏ ਸੋ ਜਿਵੇਂ ਕਿ ਹੁਣ ਸਮਾਂ ਚੱਲ ਰਿਹਾ ਸਭ ਨੂੰ ਇਹ ਰਿਕਵੈਸਟ ਆ ਵੀ ਤੁਸੀਂ ਆਪਣੀ ਕੋਈ ਪ੍ਰਾਪਰਟੀ ਜੇ ਐਕਸਚੇਂਜ ਕਰਨਾ ਚਾਹੁੰਦੇ ਹੋ ਉਸ ਨੂੰ ਮੇਕ ਸ਼ੋਰ ਕਰੋ ਰਜਿਸਟਰ ਹਾਰ ਕੋਰ ਐਸ ਡੀ ਐਮ ਕੋ ਰਜਿਸਟਰਡ ਜਰੂਰ ਕਰਵਾਓ ਇਸ ਦੀ ਜਿਹੜੀ ਆਪਾਂ ਸਾਰੀ ਟਰਾਈ ਕੀਤਾ ਜਿਹੜੀ ਬਰੀਫ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਦੇ ਸਕੀਏ ਸੋ ਜੇ ਤੁਸੀਂ ਇਸ ਦੇ ਫਰਦਰ ਕੋਈ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਆਪਾਂ ਆਪਣੇ ਨੰਬਰ ਇਸ ਵੀਡੀਓ ਥੱਲੇ ਰਾਈਟ ਡਾਉਨ ਕਰਾਂਗੇ ਉਹਨਾਂ ਨੰਬਰਾਂ ਦੇ ਉੱਪਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ YouTube ਦੇ ਕਮੈਂਟ ਬਾਕਸ ਦੇ ਵਿੱਚ ਆ ਕੇ ਵੀ ਜਾਣਕਾਰੀ ਲੈ ਸਕਦੇ ਹੋ ਜੇ ਪ੍ਰਾਪਰਟੀ ਦੇ ਰਿਗਾਰਡਿੰਗ ਤੁਸੀਂ ਹੋਰ ਕਿਸੇ ਫੀਲਡ ਦੀ ਜਾਂ ਕਿਸੇ ਹੋਰ ਪੱਖ ਦੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਸਨੋਂ ਦੱਸੋ ਅਸੀਂ ਉਸ ਦੇ ਉੱਪਰ ਵੀਡੀਓ ਵਗੈਰਾ ਬਣਾ ਕੇ ਸਾਰੀ ਇਨਫੋਰਮੇਸ਼ਨ ਕਲੈਕਟ ਕਰਕੇ ਅਪਡੇਟ ਕਰਾਂਗੇ ਜੇ ਸਾਡੇ ਐਫਰਟ ਤੁਹਾਨੂੰ ਚੰਗੇ ਲੱਗਦੇ ਆ ਹੁਣ ਤੱਕ ਤੁਸੀਂ ਸਾਡੀ ਇਹ ਵੀਡੀਓ ਦੇਖ ਰਹੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤਾਂ ਜੋ ਲੋਕਾਂ ਦੀ ਵੱਧ ਤੋਂ ਵੱਧ ਹੈਲਪ ਹੋ ਸਕੇ ਉਹਨਾਂ ਨੂੰ ਪਤਾ ਲੱਗ ਸਕੇ ਤੋਂ ਲਾਸਟ ਵਿੱਚ ਰਿਕਵੈਸਟ ਆ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਲਾਇਕ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਸਬਸਕ੍ਰਾਈਬ ਦੇ ਨਾਲ ਜੁਆਇਨ ਦੀ ਆਪਸ਼ਨ ਉੱਥੇ ਜਾ ਕੇ ਤੁਸੀਂ ਸਾਡੇ ਸਾਡੀ ਸਪੋਰਟ ਕਰ ਸਕਦੇ ਹੋ ਸੋ ਸਭ ਦਾ ਧੰਨਵਾਦ